ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਸ਼ਰੇਆਮ ਦਿਨ ਦਿਹਾੜੇ ਖੂਨ ਦੀ ਹੋਲੀ ਖੇਡ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਲੜਾਈ ਮਾਮਾ ਭਾਣਜਾ 'ਚ ਹੋਈ ਹੈ। ਭਾਣਜੇ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਆਪਣੀ ਮੋਟਰ 'ਤੇ ਨਿਹੰਗ ਸਿੰਘਾਂ ਨਾਲ ਨਹਾਉਣ ਲਈ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਉਸਦਾ ਮਾਮਾ ਖੇਤ ਵਾਰਿਆ ਸੀ, ਜਿਸ ਤੋਂ ਬਾਅਦ ਉਸਦਾ ਕਹਿਣਾ ਹੈ ਕਿ ਉਸਦੇ ਮਾਮੇ ਨੇ ਫੋਨ ਕਰਕੇ ਕੁਝ ਹਥਿਆਰਬੰਦ ਨੌਜਵਾਨਾਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਆਉਣ ਸਾਰ ਉਹਨਾਂ ਉੱਪਰ ਸ਼ਰੇਆਮ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਗੁਰਦੁਆਰੇ ਬੈਠੇ ਸਾਂ, ਗੁਰਦੁਆਰੇ ਬੈਠਿਆਂ ਬੈਠਿਆਂ ਮਨ 'ਚ ਵਿਚਾਰ ਬਣਾਈ ਵੀ ਚਲੋ ਬੰਬੀ 'ਤੇ ਚੱਲਦੇ, ਨਹਾ ਧੋ ਕੇ ਉੱਥੋਂ ਆਉਂਦੇ ਹਾਂ, ਹੋ ਕੇ ਗੇੜਾ ਮਾਰ ਆਉਂਦੇ ਹਾਂ। ਜਦੋਂ ਅਸੀਂ ਗਏ ਹਾਂ, ਸਾਡੇ ਜਾਂਦੇ ਨੂੰ ਸਾਡਾ ਮਾਮਾ ਖੇਤ ਵਾਹ ਰਿਹਾ ਸੀਗਾ, ਭੱਜ ਗਿਆ ਵਿੱਚੋਂ ਦੀ ਖੇਤਾਂ ਥਾਣੀ, ਨਾ ਸਾਡੀ ਅਸੀਂ ਨਾ ਉਹਨੂੰ ਕੋਈ ਗਾਲ ਕੱਢੀ ਨਾ ਕੋਈ, ਆਪੇ ਭੱਜ ਗਿਆ। ਮੁੜ ਕੇ ਉਹਨੇ ਫੋਨ ਕਰਕੇ ਮੁੰਡਿਆਂ ਨੂੰ ਅਤੇ ਮੁੰਡੇ ਸੱਦ ਲਏ, ਅੱਧੇ ਘੰਟੇ ਦੇ ਵਿੱਚ ਮੁੰਡੇ ਆ ਗਏ ਆ, ਤਿੰਨ ਗੱਡੀਆਂ ਆਈਆਂ ਅਤੇ ਆਉਂਦਿਆਂ ਹੀ 2 ਕਿੱਲਿਆਂ ਦੀ ਵਿੱਥ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸਿੱਧੀਆਂ ਫੈਰ। ਮੈਂ ਭੱਜ ਕੇ ਝੋਨੇ 'ਚ ਵੜ ਕੇ ਜਾਨ ਬਚਾਈ, ਫਿਰ ਮੁੜ ਕੇ ਸਾਡਾ ਨਿਹੰਗ ਸਿੰਘ ਫਿਰ ਇਹਦੇ ਇਹ ਭੱਜਣ ਲੱਗਾ ਅਤੇ ਇਹਦੇ ਮਗਰ ਬੈਕ ਗੋਲੀਆਂ ਮਾਰੀਆਂ ਪ੍ਰਿੰਸ ਨੇ ਅਤੇ ਅਸੀਂ 3 ਜਣੇ, ਮੈਂ ਅਤੇ ਮੇਰਾ ਭਰਾ ਅਤੇ ਇੱਕ ਇਹ ਬਾਬਾ ਜੀ, 3 ਜਣੇ ਆਪਾਂ ਗਏ ਹਾਂ। ਕੋਈ ਸਾਡੇ ਕੋਲ ਆਪਣਾ ਜਿੱਦਾਂ ਅਸੀਂ ਤਿਆਰਪੁਰ ਤਿਆਰ ਹੀ ਨਹੀਂ, ਅਸੀਂ ਉੱਦਾਂ ਹੀ ਬਸ ਆਪਣੇ ਹਿਸਾਬ ਨਾਲ, ਜੇ ਸਾਨੂੰ ਪਤਾ ਹੋਵੇ ਵੀ ਲੜਾਈ ਦੀ ਗੱਲ ਆ ਅਸੀਂ ਫਿਰ ਤਿਆਰ ਹੋ ਕੇ, ਸਾਡਾ ਤਾਂ ਹਜ਼ਾਰ ਸਿੰਘ ਅਸੀਂ ਲੈ ਜਾਂਦੇ, ਸਾਡੇ ਮਨ 'ਚ ਗੱਲ ਹੀ ਕੋਈ ਨਹੀਂ। ਆਉਂਦਿਆਂ ਹੀ ਬਸ ਕੁੱਤਿਆਂ ਵਾਂਗੂ ਸਾਡੀ ਪਟਾਈ, ਸਿੱਧੀਆਂ ਤਲਵਾਰਾਂ ਵੱਲੋਂ ਵੱਢ ਗੋਲੀਆਂ ਮਾਰ ਮਾਰ ਕੇ ਬੁਰਾ ਹਾਲ ਕਰਤਾ। ਮੇਰੇ ਸਿੱਧੀਆਂ ਢਿੱਡ 'ਚ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਪੈਰ ਵੇਲੋ, ਮੈਂ ਝੋਨੇ 'ਚ ਵੜ ਕੇ ਆਪਣੀ ਜਾਨ ਬਚਾਈ ਆ। ਮਾਵਾਂ ਭੈਣਾਂ ਦੀਆਂ ਧੀਆਂ ਦੀਆਂ ਗਾਲਾਂ ਦਿੱਤੀਆਂ ਸਾਡੇ ਮਾਮੇ ਨੇ, ਮੇਰੇ ਭਰਾਵਾਂ ਨੇ ਮੇਰੇ ਨਾਲ ਮੇਰੇ ਬੱਚਿਆਂ ਨਾਲ ਬਹੁਤ ਧੱਕਾ ਕੀਤਾ ਆ। ਮਾਂ ਨੂੰ 2 ਮਹੀਨੇ ਹੋ ਗਏ ਆ ਧੱਕੇ ਮਾਰ ਕੇ ਘਰੋਂ ਕੱਢੀ, ਵੀ ਮੇਰੇ ਤੋਂ ਨਹੀਂ ਸਾਂਭੀ ਜਾਂਦੀ, ਇਹਨੂੰ ਵੀ ਲੈ ਜਾਓ ਅਤੇ ਇਹਦੀ ਕਿੱਲੀ ਵੀ ਲੈ ਜਾਓ। ਮਾਂ ਨੂੰ ਅੱਜ 3ਰਾ ਦਿਨ ਆ ਉਹਨੂੰ ਇੱਥੇ ਮਹਾਜਨ ਦੇ ਦਾਖਲ ਆ, ਮਹਾਜਨ ਦੇ ਦਾਖਲ ਉਹ ਸੀਰੀਅਸ ਆ, ਉੱਥੇ ਪੈਸੇ ਲਾਉਣ ਦੀ ਬਜਾਏ ਅੱਗੇ ਆ ਦੂਸਰੀ ਵਾਰ ਉਹਨੂੰ ਅਟੈਕ ਹੋਇਆ, ਅੱਗੇ ਮੈਂ 70-72 ਹਜ਼ਾਰ ਰੁਪਇਆ ਲਾਇਆ ਅਤੇ ਨਾ ਮੈਨੂੰ ਪੁੱਛਿਆ ਤੱਕ ਨਹੀਂ, ਹੁਣ ਫਿਰ ਉਹਨੂੰ ਅੱਜ 3 ਦਿਨ ਹੋ ਗਏ ਆ, ਉਹ ਵਿਚਾਰੀ ਲੜ ਰਹੀ ਆਪਣੀ ਜ਼ਿੰਦਗੀ ਨਾਲ, ਉਹਦਾ ਪਤਾ ਲੈਣ ਦੀ ਬਜਾਏ ਇਹ ਮੇਰੇ 'ਤੇ ਨਜਾਇਜ਼ ਮੇਰੇ ਬੱਚਿਆਂ ਨੂੰ ਮਾਰਨ ਪਏ ਨੇ। ਉਹ ਤਾਂ ਪੈਲੀ ਆਪਣੀ ਵੇਖਣ ਗਏ ਆ, ਇਹਨਾਂ ਨੇ ਪਹਿਲਾਂ ਪਲੈਨ ਬਣਾਈ ਆ, ਪ੍ਰਿੰਸ ਕੋਮਲ, ਸਤਨਾਮ ਸਿੰਘ, ਹਰਜੀਤ ਕੌਰ ਅਤੇ ਮਲਕੀਤ ਸਿੰਘ, ਪਰਮਜੀਤ, ਇਹਨਾਂ ਨੇ ਮੇਰੇ ਬੱਚਿਆਂ ਦੇ ਅਤੇ ਇੱਕ ਮਸਾਣੀਆਂ ਦਾ ਮੁੰਡਾ ਵਾ ਹੋਰ ਨਾਲ, ਇਹਨਾਂ ਨੇ ਗੁੰਡੇਗਰਦੀ ਜਿਹੜਾ ਉਹ 18-19 ਜਾਣਿਆਂ ਨੇ ਇਹਨਾਂ 'ਤੇ ਧੱਕਾ ਕੀਤਾ, ਗੋਲੀਆਂ ਮਾਰੀਆਂ। ਮੈਂ ਫਿਰ SSP ਦੇ ਜਾ ਕੇ ਇਹ ਦੌਲਤਪੁਰ ਦੀ ਪੈੜੀ ਦੇ ਵਿੱਚ। ਉਧਰ ਦੂਸਰੇ ਪਾਸੇ ਪੀੜਤ ਦੇ ਮਾਮੇ ਦਾ ਕਹਿਣਾ ਹੈ ਕਿ ਉਹ ਇਕੱਲਾ ਖੇਤ ਵਿੱਚ ਕੰਮ ਕਰ ਰਿਹਾ ਸੀ, ਜਿਸ ਉੱਪਰ ਆ ਕੇ ਕੁਝ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਮੈਂ ਜ਼ਮੀਨ ਲਈ ਦੌਲਤਪੁਰ 'ਚੋਂ ਬੈ ਜ਼ਮੀਨ ਲਈ ਆ 3 ਕਿੱਲੇ, ਜਿਹਦੀ ਕੁਛ ਜ਼ਮੀਨ ਮੇਰੇ ਤਾਏ ਦੇ ਨਾਂ, ਕੁਛ ਮੇਰੇ 2 ਚਾਚਿਆਂ ਨੇ, ਕੁਛ ਮੇਰੇ ਡੈਡੀ ਦੇ ਨਾਂ, ਮੇਰੀ ਬੰਬੀ ਉੱਥੇ। ਇਹ ਬੰਦੇ ਉਹ ਪੈਲੀ ਨੂੰ ਅੱਗੇ ਵੀ ਇੱਕ ਦਿਨ ਪਹਿਲਾਂ ਗਏ, 18 ਤਰੀਕ ਨੂੰ 5-7 ਨਿਹੰਗ ਮੇਰੀ ਬੇਹਾਈ 'ਚ ਉੱਥੇ ਤਾਲਾ ਮਾਰ ਆਏ, ਮੇਰੀ ਪਨੀਰੀ ਸ਼ਿਕਾਰਤੀ। ਅੱਜ ਮੈਂ ਵਾਹੁਣ ਨਹੀਂ ਲੱਗਾ ਪੈਲੀ, ਅਤੇ ਇਹਨਾਂ ਜਾ ਕੇ ਫਿਰ ਮੇਰੇ 'ਤੇ ਹਮਲਾ ਕਰਤਾ 7-8 ਬੰਦਿਆਂ ਨੇ, ਅਨਪਛਾਤੇ 3 ਬੰਦੇ, ਜਿਹੜੇ ਇੱਕ ਮੇਰਾ ਭਨੇਵਾ ਵਾ ਜੈਬ ਸਿੰਘ, ਇੱਕ ਦੀਪ ਸਿੰਘ, ਇੱਕ ਹੈਗਾ ਭਰਵਈਆ ਬਲਬੀਰ ਸਿੰਘ, ਬਾਕੀ ਜਿਹੜੇ 7 ਨਿਹੰਗ ਉਹ ਅਨਪਛਾਤੇ ਆ। ਲੱਤ 'ਤੇ ਜੀ ਇਹਨਾਂ ਨੇ ਘੁੰਮਦੇ ਆ, ਇਹਨਾਂ ਨੂੰ ਲੰਮੇ ਪਾ ਕੇ ਅਤੇ ਇਹਨਾਂ 'ਤੇ ਗੋਲੀ ਮਾਰਤੀ ਆ। ਵੇਖੋ ਜੀ, ਉੱਥੇ ਮੌਕਿਆਂ 'ਤੇ ਜਾਂ
ਮੈਂ ਇਕੱਲਾ ਹੀ ਤਾਂ ਇੱਥੇ ਪਹੁੰਚਦਾ, ਮੇਰੇ ਨਾਲ ਇੱਕ ਬੰਦਾ ਰਸੂਲਪੁਰ ਦਾ ਵਾ ਜਿਹੜਾ ਸਪਰੇਅ ਬੰਦਿਆਂ ਦੇ ਕਰਦਾ, ਮੈਂ ਇਕੱਲਾ ਹੀ ਹਾਂ ਜਦੋਂ ਗਏ ਆ। ਮੈਨੂੰ ਨਹੀਂ ਪਤਾ ਇਹਨਾਂ ਦੇ ਬਾਅਦ 'ਚ ਕੀ ਕੀਤਾ ਕੀ ਨਹੀਂ, ਮੈਂ ਤਾਂ ਬੋਸ ਹੋ ਗਿਆ ਉਦੋਂ ਬਾਅਦ ਜਦੋਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਉਹਨਾਂ ਨੇ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੋਂ ਗੋਲੀ ਚੱਲਣ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਇਸ ਘਟਨਾ ਦੀ ਅਸਲੀ ਸੱਚਾਈ ਕੀ ਹੈ ਇਸ ਦਾ ਪਤਾ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ। ਅੱਜ ਮੈਨੂੰ ਇਤਲਾਹ ਮਿਲੀ ਸੀ ਕਿ ਪਿੰਡ ਦੌਲਤਪੁਰ ਵਿੱਚ ਝਗੜਾ ਹੋਇਆ, ਜਿਸ 'ਤੇ ਮੈਂ ਆਪਣੇ ਸਾਥੀ ਕਰਮਚਾਰੀਆਂ ਸਮੇਤ ਮੌਕਾ 'ਤੇ ਪੁੱਜਾ, ਜਿੱਥੇ ਜਗਦੀਪ ਸਿੰਘ ਸਾਨੂੰ ਬਲਬੀਰ ਸਿੰਘ ਵਾਸੀ ਆਲੋਵਾਲ, ਨਿਹਾਲ ਸਿੰਘ ਸਾਨੂੰ ਚਰਨ ਸਿੰਘ ਵਾਸੀ ਹਸਨਪੁਰਾ ਕਲਾਂ ਮੌਕਾ 'ਤੇ ਜ਼ਖਮੀ ਹਾਲਤ ਵਿੱਚ ਪਏ ਸੀ, ਜਿਨ੍ਹਾਂ ਨੂੰ 108 ਐਂਬੂਲੈਂਸ ਕਰਕੇ ਸਿਵਲ ਹਸਪਤਾਲ ਬਟਾਲਾ ਦਾਖਲ ਕਰਾਇਆ। ਪਤਾ ਲੱਗਾ ਵੀ ਇਹਨਾਂ ਨੂੰ ਜ਼ਖਮੀ ਸਤਨਾਮ ਬਲਬੀਰ ਸਿੰਘ ਵਾਸੀ ਪੰਜਗਰਾਈਆਂ, ਜੋ ਇਹਨਾਂ ਦਾ ਮਾਮਾ ਲੱਗਦਾ, ਅਤੇ ਉਸ 'ਤੇ ਲੜਕੇ ਪ੍ਰਿੰਸ ਅਤੇ ਕੋਮਲ ਦੇ ਸਮੇਤ 8-10 ਵਿਅਕਤੀ ਹੋਰ ਸੀ, ਜਿਨ੍ਹਾਂ ਨੇ ਇਹਨਾਂ ਨੂੰ ਸੱਟਾਂ ਮਾਰ ਕੇ ਅਤੇ ਜ਼ਖਮੀ ਕੀਤਾ। ਮੌਕਾ 'ਤੇ ਗੋਲੀ ਚੱਲਣ ਵਾਲਾ ਕੋਈ ਖੋਲ ਨਹੀਂ ਮਿਲਿਆ, ਪਰ ਇਹਨਾਂ ਦੇ ਕਹਿਣ ਮੁਤਾਬਕ ਵੀ ਫਾਇਰ ਹੋਏ ਆ। ਇਸ ਦੇ ਮੁਤਾਬਕ ਜੋ ਵੀ ਮੈਡੀਕਲ ਰਿਜ਼ਲਟ ਆਵੇਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।